ਇਹ ਹਰਮਿੰਦਰ ਕਾ ਹੀ ਘਰ ਹੈ? ਹਾਂਜੀ ਬਾਈ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਵਧਾਈਆਂ ਬਹੁਤ ਬਹੁਤ। ਕਹਿੰਦੇ ਮੁੰਡਾ ਬਾਹਰੋਂ ਕਿੱਥੋਂ ਆਇਆ? ਕੈਨੇਡਾ ਤੋਂ। ਕੈਨੇਡਾ ਤੋਂ ਜੀ। ਇੱਥੇ ਨੌਕਰੀ ਮਿਲੀ ਆ? ਹਾਂਜੀ, ਐਸਡੀਓ ਦੀ ਬਿਜਲੀ ਬੋਰਡ ਸਿਆੜ ਦੀ। ਅੱਛਾ ਜੀ, ਵਾਹ ਵਾਹ ਵਾਹ, ਤਾਂ ਮਾਨ ਸਾਹਿਬ ਦੀ ਗੱਲ ਸੱਚੀ ਹੋ ਗਈ। ਹਾਂਜੀ ਬਿਲਕੁਲ ਬਿਲਕੁਲ ਜੀ, ਬੱਚੇ ਬਾਹਰੋਂ ਆ ਰਹੇ ਆ ਜਿਨ੍ਹਾਂ ਨੂੰ ਰੁਜ਼ਗਾਰ ਮਿਲਦੇ ਆ। ਅੱਛਾ, ਕਿੰਨਾ ਸਰ ਪਹਿਲਾਂ ਭੇਜਿਆ ਸੀ? ਡੇਢ ਸਾਲ ਪਹਿਲਾਂ ਜੀ। ਡੇਢ ਸਾਲ ਪਹਿਲਾਂ ਭੇਜਿਆ ਜੀ। ਅੱਛਾ, ਤਾਂ ਪੈਸੇ ਪੂਸੇ ਵਾਹਵਾ ਲੱਗ ਗਏ ਹੋਣੇ? ਪੈਸੇ ਲੱਗ ਗਏ ਸੀ 25 ਲੱਖ ਦੀ, ਪਰ ਛੱਡੇ ਆ ਸਾਰਾ ਕੁਛ। ਸਾਰਾ ਆਹ ਨੌਕਰੀ ਫਿਰ ਇਹ ਮਾਨ ਸਾਹਿਬ ਦੀ ਸਰਕਾਰ ਕਰਕੇ ਹੀ ਆ। ਹਾਂਜੀ। ਬੈਠਾ ਬੇਟਾ ਕਿੱਥੇ ਆ? ਬੇਟਾ ਕਿੱਥੇ ਆ? ਆ ਗਿਆ ਜੀ। ਮਿਲ ਗਈ, ਕਰ ਲਿਆ ਜੁਆਇਨ? ਅੱਛਾ ਅੱਛਾ ਅੱਛਾ, ਕਦੋਂ ਕਰੇ ਜੁਆਇਨ? ਮੈਂ 7 ਮਹੀਨੇ ਹੋ ਗਏ। ਅੱਛਾ, ਗੁੱਡ 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 ਗੁੱਡ। ਫਿਰ ਕਿੱਥੋਂ, ਕੈਨੇਡਾ ਤੋਂ ਆਏ ਹੋ? ਕੈਨੇਡਾ ਛੱਡ ਕੇ ਆ ਗਏ ਫਿਲਹਾਲ? ਹਾਂਜੀ। ਚਲੋ, ਗੁੱਡ ਗੁੱਡ ਗੁੱਡ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਇਹਦਾ ਮਤਲਬ ਫਿਰ ਜਿਹੜਾ ਮਾਨ ਸਾਹਿਬ ਕਹਿੰਦੇ ਆ ਕਿ ਭਾਈ ਉਧਰੋਂ ਮੁੰਡੇ ਆਉਣਗੇ ਛੱਡ ਛੱਡ ਕੇ, ਕੀ ਹੋ ਗਈ ਗੱਲ? ਸ਼ਾਬਾਸ਼, ਕੀ ਲੱਗਿਆ ਤੂੰ ਮੁੰਡਾ ਇਹ ਡਿਗਰੀ ਕਰਕੇ ਗਿਆ ਸੀ? ਹਾਂਜੀ ਡਿਗਰੀ, ਬੀਟੈਕ ਡਿਗਰੀ, ਬੀਟੈਕ ਇਲੈਕਟ੍ਰੀਕਲ। ਅੱਛਾ, ਬਿਜਲੀ ਬੋਰਡ 'ਚ ਲੱਗਿਆ? ਗੁੱਡ, ਵਧਾਈਆਂ ਫਿਰ ਤਾਂ ਬਹੁਤ ਬਹੁਤ। ਪਾਰਟੀ ਆ ਵੀ ਤੁਹਾਡੇ?